ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਚਰਨਜੀਤ ਸਿੰਘ ਮਜੀਠੀਆ ਆਪ ਜੀ ਦੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨਾ ਚਾਹ ਰਿਹਾ। ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਕਿ ਮੇਰੀ ਸਿੱਖ ਕੌਮ, ਮੇਰੇ ਭੈਣ ਭਰਾ, ਬਜ਼ੁਰਗ, ਮਾਤਾ, ਮੇਰੇ NI ਵੀਰ, ਵਿਦੇਸ਼ਾਂ 'ਚ ਰਹਿਣ ਵਾਲੇ ਸਿੱਖ ਕੌਮ ਦੇ ਬਾਸ਼ਿੰਦੇ ਸਾਰੇ ਇਸ ਚੀਜ਼ 'ਤੇ ਗੌਰ ਕਰਨਗੇ। ਅਸੀਂ ਇੱਕ ਪ੍ਰਣ ਲਈਏ, ਮੇਰੇ ਕੁਛ ਵੀਰਾਂ ਨੇ ਮੈਨੂੰ ਪਤਾ ਲੱਗਾ ਉਹਨਾਂ ਨੇ ਤਾਂ ਇਹ ਕੰਮ ਸ਼ੁਰੂ ਵੀ ਕਰ ਦਿੱਤਾ ਹੋਇਆ, ਪਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਅਸੀਂ ਅਡਾਣੀ ਅੰਬਾਣੀ ਦੇ ਸਮਾਨ, ਔਰ ਇੱਕੋ ਕਾਣਾ ਜਿਹੜਾ ਇੱਕ ਅੱਖ ਦਾ ਕਾਣਾ ਰਾਮਦੇਵ, ਉਹਦੇ ਸਮਾਨ ਦਾ ਬਾਈਕਾਟ ਕਰੀਏ। ਔਰ ਖਾਸ ਤੌਰ 'ਤੇ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਨੇ, ਜਿੱਥੇ ਦੁਨੀਆ ਭਰ ਦਾ ਫੋਰਚੂਨ ਨਾਂ ਦਾ ਆਟਾ, ਫੋਰਚੂਨ ਨਾਂ ਦਾ ਰਿਫਾਇੰਡ, ਫੋਰਚੂਨ ਦੇ ਪ੍ਰੋਡਕਟ ਜੋ ਅੰਬਾਨੀ ਨੇ ਸਾਡੇ ਸਿੱਖਾਂ ਦੇ ਉੱਤੇ, ਪੰਜਾਬ ਦੇ ਉੱਤੇ ਉਹਨਾਂ ਦੀ ਜ਼ਮੀਨਾਂ ਨੂੰ ਖੋਹਣ ਦਾ ਪੂਰਾ ਇੱਕ ਸ਼ਡਯੰਤਰ ਰਚਿਆ, ਉਸ ਤੋਂ ਤੁਹਾਨੂੰ ਅਵਗਤ ਕਰਾਇਆ। ਆਪ ਜੀ ਜਾਣਦੇ ਹੋ ਭਲੀ ਬਾਤੀ, ਪਿਛਲੇ 3-4 ਮਹੀਨਿਆਂ ਤੋਂ ਪੰਜਾਬ ਦਾ ਕਿਸਾਨ ਸੜਕ ਦੇ ਉੱਤੇ ਪ੍ਰੋਟੈਸਟ ਕਰ ਰਿਹਾ, ਔਰ ਇਹ ਸਰਕਾਰ ਔਰ ਗੋਦੀ ਮੀਡੀਆ ਜੋ ਕਿ ਸਾਨੂੰ ਕਦੀ ਖਾਲਿਸਤਾਨੀ ਕਹਿੰਦੀ ਹੈ, ਕਦੀ ਮਾਓਵਾਦੀ ਕਹਿੰਦੀ ਹੈ, ਕਦੀ ਮਾਰਕਸਵਾਦੀ ਕਹਿੰਦੀ ਹੈ, ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ, ਅਸੀਂ ਕੋਈ ਖਾਲਿਸਤਾਨ ਦੀ ਡਿਮਾਂਡ ਨਹੀਂ ਰੱਖੀ ਅੱਜ ਤੱਕ, ਅਸੀਂ ਕੋਈ ਖਾਲਿਸਤਾਨੀ ਨਹੀਂ ਹਾਂ, ਅਸੀਂ ਇਸ ਭਾਰਤ ਦੇਸ਼ ਦੇ ਭਾਰਤ ਵਾਸੀ ਹਾਂ, ਔਰ ਅਸੀਂ ਅਗਰ ਇਹਨੂੰ ਆਜ਼ਾਦ ਕਰਾਉਣ ਵਾਸਤੇ ਵੀ ਕੁਰਬਾਨੀਆਂ ਦੇ ਸਕਦੇ ਹਾਂ, ਤਾਂ ਅਸੀਂ ਆਪਣੇ ਹੱਕਾਂ ਵਾਸਤੇ ਵੀ ਲੜ ਸਕਦੇ ਹਾਂ। ਸੋ ਮੇਰੀ ਬੇਨਤੀ ਹੈ ਸਰਬੱਤ ਸਿੱਖ ਕੌਮ ਨੂੰ ਕਿ ਅਸੀਂ ਇਹਨਾਂ ਦਾ ਤਿੰਨਾਂ ਦਾ ਬਾਈਕਾਟ ਕਰੀਏ, ਔਰ ਇਹਨਾਂ ਦੇ ਬਣਾਏ ਹੋਏ ਪ੍ਰੋਡਕਟ ਅਸੀਂ ਆਪਣੇ ਘਰਾਂ 'ਚ ਨਾ ਮਾੜੀਏ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ।